ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਨਸ਼ੇ ਦੀ ਰੋਕਥਾਮ ਕਰਨ ਲਈ ਨਸ਼ੇ ਦਾ ਵਪਾਰ ਕਰਨ ਵਾਲੇ ਨਸ਼ਾ ਤਸਕਰਾਂ ਦੇ ਖਿਲਾਫ਼ ਅਹਿਮ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ 3 ਨਸ਼ਾ ਤਸਕਰਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਦੀ ਕਰੀਬ 50 ਲੱਖ ਰੁਪਏ ਦੀ 97 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ। ਗੁਰਨਾਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਕਿਲ੍ਹਾ ਚੌਂਕ ਤੋਂ ਪਿੰਡ ਬਾਰਡਰ ਵੱਲ ਜਾ ਰਹੇ ਸੀਗੇ ਅਤੇ DC ਮਾਡਲ ਸਕੂਲ ਦੇ ਨਜ਼ਦੀਕ 2-3 ਦੋਸ਼ੀ ਮੋਟਰਸਾਈਕਲ 'ਤੇ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਮੁੜਨ ਲੱਗੇ ਅਤੇ ਮੋਟਰਸਾਈਕਲ ਤਿਲਕ ਡਿੱਗਣ ਕਰਕੇ ਪੁਲਿਸ ਨੇ ਉਹਨਾਂ ਨੂੰ ਸ਼ੱਕ ਦੀ ਬਣਾ 'ਤੇ ਕਾਬੂ ਕਰਕੇ ਮੋਟਰਸਾਈਕਲ ਦੇ ਨਾਲ ਟੰਗੇ ਹੋਏ ਇੱਕ ਲਿਫਾਫਾ ਜਿਸ ਵਿੱਚੋਂ ਚਿੱਟੇ ਰੰਗ ਦਾ ਪਦਾਰਥ ਉੱਥੇ ਸੜਕ 'ਤੇ ਡੁੱਲ ਗਿਆ ਸੀਗਾ ਚੈੱਕ ਕੀਤਾ ਅਤੇ ਜੋ ਹੈਰਨ ਬਰਾਮਦ ਹੋਈ ਜਿਹਨੂੰ ਤੋਲਿਆ ਗਿਆ ਅਤੇ ਜੋ 97 ਗ੍ਰਾਮ ਸੀ ਜਿਸ ਦੀ ਕੀਮਤ ਕਰੀਬ 50 ਲੱਖ ਰੁਪਏ ਦੇ ਹੈ ਅਤੇ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਤੋਂ ਮਜੀਦ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ। ਪਿਛਲੇ ਕੁਝ ਸਮੇਂ ਦੌਰਾਨ ਸੂਬਾ ਭਰ 'ਚ ਪੁਲਿਸ ਵੱਲੋਂ ਕਈ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਨੇ ਪਰ ਉਸ ਦਿਨ ਦਾ ਲੋਕ ਇੰਤਜ਼ਾਰ ਕਰ ਰਹੇ ਨੇ ਜਦ ਨਸ਼ੇ ਦੇ ਵੱਡੇ ਸੌਦਾਗਰ ਪੁਲਿਸ ਦੀ ਗ੍ਰਿਫਤ ਹੋਣਗੇ। ਫਿਰੋਜ਼ਪੁਰ ਤੋਂ ਸਨੀ ਚੋਪੜਾ ਦੀ ਖਾਸ ਰਿਪੋਰਟ।